ਡਰੱਗਸ, ਨਸ਼ਾ, ਤੰਬਾਕੂ, ਚੁਟਕੀਆਂ, ਤਾਂ ਅੱਜ ਕੱਲ੍ਹ ਟੀਕੇ ਵੀ, ਇਹਦਾ ਤਾਂ ਫੈਸ਼ਨ ਕੀ ਚੱਲੀ ਪਿਆ। ਬਾਹਰ ਤਾਂ ਇਹ ਸਭ ਕੁਛ ਚੀਜ਼ਾਂ ਹੈਗੇ ਆ ਹੀ, ਪਰ ਸਾਡੇ ਜੰਮੂ ਕਸ਼ਮੀਰ 'ਚ ਵੀ ਇਹ ਚੀਜ਼ਾਂ ਹੁਣ ਇੰਨੀਆਂ ਫੈਲੀ ਦੀਆਂ ਜਿਹੀਆਂ, ਕੋਈ ਗਾਣਾ ਨਹੀਂ ਨਵਾਂ ਨਵਾਂ ਆਉਂਦਾ ਤਾਂ ਮਸ਼ਹੂਰ ਹੋ ਹੀ ਜਾਂਦਾ ਗਲੀ ਗਲੀ 'ਚ, ਉਹ ਸਭ ਕੁਛ ਹੋ ਰਿਹਾ। ਜਿੱਥੇ ਵੀ ਅਸੀਂ ਜਾਂਦੇ ਹੁੰਦੇ ਸਟੋਰੀਆਂ ਕਰਨ ਤਾਂ ਉੱਥੋਂ ਕੋਈ ਨਾ ਕੋਈ ਖਬਰ, ਕੋਈ ਨਾ ਕੋਈ ਇਹੀ ਸਟੋਰੀ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਕਿ ਆਉਂਦੀ ਹੈ। ਪਿੱਛੇ ਜਿਹੇ ਹੁਣ ਅਸੀਂ ਰਿਆਸੀ ਵਾਲੇ ਪਾਸੇ ਹੈ, ਤਾਂ ਰਿਆਸੀ ਵੀ ਅਸੀਂ ਸੁਣਿਆ ਕਿ 3-4 ਮੁੰਡਿਆਂ ਦੀ ਮੌਤ ਜਿਹੜੀ ਹੈ ਉਹ ਇਸੇ ਕਾਰਨ ਹੋਈ, ਔਰ ਬੱਚਿਆਂ ਦੀ ਉਮਰ ਜਿਹੜੀ ਸੀ ਉਹ 10 ਸਾਲ ਦਾ, ਕੋਈ ਕੋਈ 15 ਸਾਲ ਦਾ, ਕੋਈ 19 ਸਾਲ ਦਾ ਅਤੇ ਕੋਈ 14 ਸਾਲ ਦਾ। ਇਹ ਮੁੰਡੇ ਉਸ ਵੇਲੇ ਦਿਖਦੇ ਨਹੀਂ ਹੈ ਕਿ ਇਹਦੇ ਮਾਂ ਪਿਓ ਇਹਨੇ ਕਿਸ ਤਰੀਕੇ ਕੰਨੇ ਪਾਲਾ ਦੇਣ, ਕਿਵੇਂ ਇਹਦੀ ਪਰਵਰਿਸ਼ ਕਰਾ ਦੇ, ਕਿਵੇਂ ਇਹਦੀਆਂ ਪੜ੍ਹਾਈਆਂ ਕਰਾ ਦੇ। ਇਹ ਮੁੰਡਿਆਂ ਹੀ ਖਾਲੀ ਲੱਗਦਾ ਕਿ ਇਹ ਟੀ ਵੀ ਦਿਖੀ ਲੈਂਦੇ, ਪਿਕਚਰਾਂ ਦਿਖੀ ਲੈਂਦੇ, ਇਹ ਆਖਦੇ ਸੰਜੇ ਦੱਤ ਕਰੀ ਇੰਨਾ ਕੁਛ ਮਤਲਬ ਕਰੀ ਸਕਦਾ, ਉਹ ਜਿੰਦਾ ਰਹੀ ਸਕਦਾ, ਤਾਂ ਅਸ ਕਿਹੜੇ ਕਿਸੇ ਦੀ ਮੂਲੀ ਨਹੀਂ ਹੈ, ਅਸ ਵੀ ਰਹੀ ਸਕਦੇ ਹਾਂ। ਪਰ ਇਹਨੇ ਇੰਨੀ ਸਮਝ ਨਹੀਂ ਹੈ ਕਿ ਕੁਛ ਪਤਾ ਨਹੀਂ ਹੁੰਦਾ ਕਿਸ ਵੇਲੇ ਕਿਉਂ ਹੀ ਹੈ, ਉਸ ਵੇਲੇ ਤੁਹਾਡੇ ਪ੍ਰਾਣ ਜਿਹੜੇ ਨੇ ਉਹ ਚਲੀ ਆਉਣ। ਇਹ ਮੁੰਡਿਆਂ ਕੀ ਲੱਗਦਾ ਕਿ ਇਹ ਫੈਸ਼ਨ ਹੈ, ਇਸੀ ਲੈਣਾ ਚਾਹੀਦਾ, ਜਿਹੜਾ ਨਹੀਂ ਲਾਏ ਉਹ ਅੱਜ ਕੱਲ੍ਹ ਆਖਦੇ ਨਾ ਉਹ ਕੀ ਆਖਦੇ ਉਹ ਇੰਨੀ ਇੰਨੀ ਕਰੀ ਜਿਹੜਾ ਕੁਛ ਆਖਦੇ ਕਿ ਉਹ ਕੂਲ ਨਹੀਂ ਲੱਗਦਾ ਬਾਈ। ਇਸ ਕੂਲ ਦੇ ਚੱਕਰ 'ਚ ਇਹ ਨਾਮਾ ਕੂਲ ਬਣੀ ਜਾਂਦੇ ਨੇ। ਇਹ ਨਹੀਂ ਇੰਨੀ ਸੋਚ ਸਮਝਣੀ ਹੈ ਕਿ ਮਾਂ ਜਿਹੜੀ ਹੈ ਉਹ ਪੂਰੀ ਰਾਤ ਬੈਠੀ ਹੈ, ਡੀਕਾ ਰਹੀ ਹੁੰਦੀ ਹੈ ਕਿ ਮੇਰਾ ਬੱਚਾ ਕਿੱਥੇ ਗਿਆ, ਬੱਚਾ ਕਿੱਥੇ ਗੇਰ ਹੁੰਦਾ, ਉਹ ਪਰਲੀ ਗਲੀ 'ਚ ਜਾਈਏ ਕੁਦ ਸੁੱਟੇ ਲਾ ਦਾ ਹੁੰਦਾ, 4 ਦੋਸਤਿਆਂ ਦੇ ਕੰਨੇ ਬੈਠੀ ਤਾਸ਼ ਖੇਲਾ ਦਾ ਹੁੰਦਾ, ਅਤੇ ਟੀਕੇ ਜਿਹੜੇ ਉਹ ਘਰਾਂ ਦੇ ਅੰਦਰ ਕੁੰਡੀ ਮਾਰੀਏ ਉਹ ਟੀਕੇ ਲਾ ਰਹਾ ਹੁੰਦਾ, ਤਾਂ ਮਾਂ ਪਿਓ ਕੀ ਲੱਗਦਾ ਕਿ ਉਹ ਪੜ੍ਹਾ ਦਾ। ਉਹ ਵੀ ਛੱਡੋ, ਮੁੰਡਿਆਂ ਦਾ ਵੀ ਅੱਜ ਕੱਲ੍ਹ ਫੈਸ਼ਨ ਲੱਗਦਾ, ਉਹ ਤਾਂ ਆਖਦੇ ਕਿ ਚਲੋ ਡਰੱਗਸ ਤਾਂ ਹੀ ਪੈਸੇ ਨਹੀਂ ਹੈ, ਠੀਕ ਹੈ, ਇਹ ਹੀਰੋਇਨ ਗਾਂਜਾ ਗੂੰਜਾ ਪਤਾ ਨਹੀਂ ਕਿਹ ਕਿਸ਼ ਨਾਂ ਹੁੰਦੇ ਰਹਿੰਦੇ, ਮਿਗੀ ਤਾਂ ਇਹ ਵੀ ਨਹੀਂ ਪਤਾ ਹੈ। ਜਿਹਦੇ ਤਾਂ ਉਹ ਨਹੀਂ ਹੈ ਉਹ ਥੋੜ੍ਹੇ ਸਸਤੇ ਨਸ਼ੇ ਕਰ ਲੈ 'ਚ, ਉਹ ਭੰਗ ਵੀ ਲੈਂਦੇ ਹਾਂ, ਉਹ ਤਾਂ ਬਾਬਾ ਬੋਲੇ ਦਾ ਪ੍ਰਸ਼ਾਦ ਹੈ, ਭੰਗ ਵੀ ਲੈਂਦੇ ਹਾਂ। ਬਥੇਰੇ ਆਹ ਮੁੰਡੇ ਦਿਖਣੇ, ਉਹ ਪਾਏ ਆਪਣੇ ਮਾਂਡਾ ਵਾਲੇ ਪਾਸੇ ਦਿਖ ਲੈ 'ਚ, ਜੰਮੂ 'ਚ ਜਿਹੜਾ ਮਾਂਡਾ ਜ਼ੂ ਹੈ ਔਰ ਇਹ ਬਾਹਰ ਤੋਂ ਇਹ ਦਿਖੀ ਸਕਦੇ ਹੋ ਕਿ ਜਿਹੜੀ ਉਹ ਇੱਕ ਸਿਗਰਟ ਵਾਲੀ ਦੁਕਾਨ ਹੈ, ਮੀ ਤਾਂ ਇੱਕ ਸਮਝ ਨਹੀਂ ਆਉਂਦੀ ਹੈ ਇਹ ਲੋਕ ਕੈਲੀ ਕੇ ਵੇਚਦੇ ਨੇ, ਇਹ ਸਮਾਨ ਬਾਜ਼ਾਰ 'ਚ ਆਉਂਦਾ ਕੇ ਕੈਲੀ, ਜਿਹਦੀ ਵਜ੍ਹਾ ਕਨੇ ਬੱਚੇ ਨਹੀਂ ਖਰੀਦਦੇ, ਇਹਦੇ ਉੱਪਰ ਤਾਂ ਪਹਿਲੇ ਬੈਨ ਹੋਣਾ ਚਾਹੀਦਾ। ਚੁਟਕੀਆਂ ਦੇ ਪੈਕਟ ਮੈਂ ਦਿਖੇ ਜਲੇ, ਉਹਦੇ ਉੱਪਰ ਬਣੇ ਰਹਿੰਦਾ ਹੁੰਦਾ ਕਿ ਤੁਸੀਂ ਇਹ ਖਾਗੇ ਤਾਂ ਤੁਹਾਡਾ ਮੂੰਹ ਉੱਥੋਂ ਕੁਦਾ ਸੁੱਜੀ ਆਗ, ਇੱਥੋਂ ਸਭ ਕੁਛ ਕੁਛ ਲਮਕੀ ਆਗ, ਪਰ ਤਾਂ ਵੀ ਲੋਕ ਖਾਂਦੇ ਬੜੇ ਚਾਅ ਕਨੇ, ਕੀ ਭਾਈ ਫੈਸ਼ਨ ਹੈ, ਫੈਸ਼ਨ 'ਚ ਫੈਸ਼ਨ ਨਹੀਂ ਕਰਗੇ ਤਾਂ ਫਿਰ ਕਿਵੇਂ ਪਤਾ ਚੱਲਣਾ ਕਿ ਤੁਸੀਂ ਇੱਕ ਵੀ ਇੱਕ ਮਤਲਬ 21st century 'ਚ ਤੁਸੀਂ ਜੀ ਆ ਦਿਓ, ਉਹ ਤਾਂ ਭਾਈ ਬੁਰੀ ਗੱਲ ਲੱਗਦੀ। ਇੰਨਾ ਦੁੱਖ ਹੁੰਦਾ ਦੇਖੀਏ ਕਿ ਮੁੰਡਿਆਂ ਕੀ ਅੱਜ ਕੱਲ੍ਹ ਪਤਾ ਨਹੀਂ ਕਈ ਲੱਤ ਲੱਗੀ ਰਹੀ ਹੈ, ਪੜ੍ਹਾਈ ਵੱਲ ਘੱਟ ਧਿਆਨ, ਖੇਲ ਕੂਦ 'ਚ ਘੱਟ ਧਿਆਨ, ਪਰ ਇਨ ਚੀਜ਼ਾਂ 'ਚ ਬੜਾ ਧਿਆਨ ਹੈ ਬਾਈ ਇਹਦਾ। ਦਿਨ ਨਹੀਂ ਦਿਖਣਾ, ਰਾਤ ਨਹੀਂ ਦਿਖਦਾ, ਪੈਸੇ ਇਕੱਠੇ ਕਰਦੇ, ਘਰੋਂ ਚੋਰੀਆਂ ਕਰਦੇ ਨੇ ਤਾਂ ਕਿ ਉਹ ਇਹ ਕਿਹੜਾ ਸਮਾਨ ਜਿਹੜਾ ਉਹ ਖਰੀਦੀ ਸਕਣ। ਇਹਨੀ ਇੰਨੀ ਸਮਝ ਨਹੀਂ ਹੈ, ਪਤਾ ਨਹੀਂ ਇਹਦੀ ਬੁੱਧੀ ਕਹਿ ਲਈ ਭ੍ਰਿਸ਼ਟ ਹੋਈ ਦੀ, ਮੈਂ ਆਖਾਣੀ ਹਾਂ ਪਤਾ ਨਹੀਂ ਕਿਹ ਸਿੱਖਦੇ ਨਾ, ਮਾਂ ਪਿਓ ਵਿਚਾਰੇ ਡਿੱਗਦੇ ਰਹਿੰਦੇ ਨੇ, ਸਮਝਾਉਂਦੇ ਰਹਿੰਦੇ ਨੇ, ਉਹ ਕਿਹ ਕਿਸ਼ ਸਿਖਾਉਣ ਲੱਗੇ ਰਹਿੰਦੇ, ਪਰ ਇਹ ਕਿਹ ਕਿਸ਼ ਬੜੇ ਕਰਦੇ ਰਹਿੰਦੇ ਨੇ, ਪਤਾ ਨਹੀਂ ਅਸੀਂ ਕਿਹੜੀ ਕਿਹੜੀ ਸੁਸਾਇਟੀਆਂ 'ਚ ਇਹ ਬੜੇ ਹੁੰਦੇ ਨੇ। ਫਿਲਹਾਲ ਮੈਂ ਤੁਸੀਂ ਇੱਕ ਗੀਤ ਸੁਣਾਗੀ, ਅੱਜ ਡਰੱਗਸ ਅਬਿਊਜ ਡੇ ਹੈ, ਮੈਂ ਨਹੀਂ ਸੁਣਾਗੀ ਹੈ, ਅਸ ਰਿਆਸੀ ਗਏ ਰਹੇ, ਉੱਥੇ ਅਨੂਪ ਜੀ ਹੈ ਜਿਹਦਾ ਨਾਂ ਜਿਹੜੀ ਬੱਬਲੀ ਦੇ ਨਾਂ ਤੋਂ ਪਛਾਣਦੇ ਨੇ, ਉਹਨੇ ਇੱਕ ਅੱਜ ਦੇ ਦਿਨ ਤਾਂ ਹੀ ਇੱਕ ਗਾਣਾ ਲਿਖੇ ਰਿਹਾ, ਹੁਣ ਮੈਂ ਚਾਹੁੰਦੀ ਹਾਂ ਕਿ ਉਹ ਗਾਣਾ ਜਿਹੜਾ ਉਹ ਹਰ ਇੱਕ ਮੁੰਡਾ ਅੱਜ ਸੁਣੇ, ਔਰ ਉਸ ਥੋੜ੍ਹੀ ਮੱਤ ਆਏ ਕਿ ਉਹ ਬੰਦਾ ਆਖਾ ਦਾ ਕੀ ਹੈ। ਆਪਣੀ ਮਰਜ਼ੀ ਦਾ ਵਿਆਹ ਕਰੀ ਜਾਂਦੇ, ਦੂਰਾ ਦੂਰਾ ਹੈ ਨਸੀ ਭਰਜ ਜਾਂਦੇ, ਆਪਣੀ ਮਰਜ਼ੀ ਦਾ ਵਿਆਹ ਕਰੀ ਜਾਂਦੇ, ਦੂਰਾ ਦੂਰਾ ਹੈ ਨਸੀ ਭੱਜੀ ਜਾਂਦੇ, ਉਹ ਬਸ ਰੋਂਦੇ ਨੀ ਕਰਾ ਦਾ ਗੇ ਬਾਰ, ਦੱਸੋ ਕੇ ਕਰ ਚੈ ਸਾਡੇ ਜੰਮੂਏ ਦਾ ਬੁਰਾ ਗੇ ਹਾਲ, ਦੱਸੋ ਕੇ ਕਰ ਚੈ ਉਹ ਦੱਸੋ ਕੇ ਕਰ ਚੈ ਉਹ ਸਾਡੇ ਜੰਮੂਏ ਦਾ ਬੁਰਾ ਹਾਲ, ਦੱਸੋ ਕੇ ਕਰ ਚੈ ਇਹ ਨਸ਼ਾ ਗੇ ਬੜਾ ਖਰਾਬ, ਦੱਸੋ ਕੇ ਕਰ ਚੈ ਦੱਸੋ ਕੀ ਕਰ ਚੈ ਵਟਸਐਪ ਇਹ ਫੇਸਬੁੱਕ ਵੀ ਚਲਾਉਂਦੇ, ਸਾਰੀ ਰਾਤ ਨਹੀਂ ਇਹ ਤਾਂ ਸੌਂਦੇ, ਹੋ ਫੇਸਬੁੱਕ ਤਾਂ ਐਵੇਂ ਵਟਸਐਪ ਵੀ ਚਲਾਉਂਦੇ, ਸਾਰੀ ਰਾਤ ਪਸਹੇ ਨਹੀਂ ਉਹ ਸੌਂਦੇ, ਭਾਈ ਸੌਂਦੇ ਨਾ ਸਾਰੀ ਰਾਤ, ਦੱਸੋ ਕੀ ਕਰ ਚੈ ਸਾਡੇ ਜੰਮੂਏ ਦਾ ਬੁਰਾ ਹਾਲ, ਦੱਸੋ ਕੀ ਕਰ ਚੈ ਇਹ ਨਸ਼ਾ ਗੇ ਬੜਾ ਖਰਾਬ, ਦੱਸੋ ਕੀ ਕਰ ਚੈ
ਉਹ ਦੱਸੋ ਕੀ ਕਰ ਚ